ਤੁਹਾਨੂੰ ਇੱਕ ਜਗਾੜ ਦਿਖਾਉਣੇ ਆ ਜੀ। ਇੱਧਰ ਮੰਡ ਏੜੀਏ ਜਗਾੜ ਲੱਗਾ ਜੀ ਬਹੁਤ ਵਧੀਆ ਇੰਜਣ ਨੂੰ। ਤੁਹਾਨੂੰ ਦਿਖਾਉਣੇ ਆ ਵੀ ਇਹ ਬੰਦਾ ਇੱਥੇ ਇੰਜਣ ਚਲਾ ਕੇ ਘਰਾਂ ਵੀ ਚਲਾ ਜਾਣਾ, ਕੋਈ ਨੁਕਸਾਨ ਨਹੀਂ ਹੁੰਦਾ ਜੀ ਇੱਥੇ ਕਿਸੇ ਤਰ੍ਹਾਂ ਦਾ ਵੀ। ਕਿਆ ਲੱਖੀ ਲੋ ਲੱਖੀ ਕਿਆ ਹਾਲ ਚਾਲ, ਚੱਕੀ ਜਾਂਦੇ ਨੇ ਮੁੰਡੇ, ਇੰਨਾ ਨਹੀਂ ਚੱਕਣਾ ਚਾਹੀਦਾ। ਹੋਰ ਨੋਨੇ ਲੈ ਉਹ ਬੋਲਿਆ ਕਿ ਨਹੀਂ ਤੂੰ ਐਂ ਚੱਕੀ ਜਾਂਦਾ, ਕਿਆ ਹਾਲ ਚਾਲ ਹੈ? ਹਾਲ ਚਾਲ ਠੀਕ ਆ, ਹੁਣ ਥੋੜੀ ਸੰਗ ਖੁੱਲੀ ਆ। ਹੋਰ ਫਿਰ ਹੋਰ ਠੀਕ ਠਾਕ ਚੜ੍ਹਦੀ ਕਲਾ? ਬੰਦੇ ਅਸੀਂ ਮੇਰੇ ਕਿੰਨੇ ਖੁਸ਼ ਹੁੰਦੇ, ਬੰਦੇ ਤੇਰੇ ਪੂਰੇ ਖੁਸ਼ ਹੁੰਦੇ। ਹੋਰ ਮੁ ਕਰ ਇੱਧਰ ਇੱਕ ਤਾਂ ਹੋ ਗਿਆ ਜੀ, ਇਹਨਾਂ ਚਾਬੀ ਮੇਰੇ ਕੋਲ ਸੌਣ ਦੇ। ਠੀਕ ਚੁੱਪ ਬੱਕੀ। ਸਤਿ ਸ੍ਰੀ ਅਕਾਲ ਜੀ, ਅੱਜ ਜੀ ਅਸੀਂ ਇੱਧਰ ਆਏ ਗੜੀ ਏਰੀਏ ਜੀ, ਪਿੰਡ ਗੜੀ ਆ ਜਾਏ ਮਾਲਾ ਤੋਂ 5-7 ਕਿਲੋਮੀਟਰ ਦੂਰ ਹੈਗੇ ਆ। ਤੇ ਇੱਧਰ ਫਸਲ ਸਾਰੀ ਖਰਾਬ, ਤਕਰੀਬਨ ਸਾਰੀ ਫਸਲ ਹੀ ਖਰਾਬ ਹੈ ਜੀ ਇੱਧਰ। ਖਰਕਿੰਨਾ 12-18-28 ਦੱਸਦੇ ਆ ਬੀਜ ਲੱਗੇ ਇੱਧਰ। ਅਤੇ ਅਸੀਂ ਇੱਥੇ ਏਰੀਏ 'ਚ ਘੁੰਮ ਕੇ ਕਿਸੇ ਦੀ 10 ਬੰਦਾ ਜਾਂ 1 ਬੰਦੇ ਦੀ ਸਹੀ ਗਈ ਆ, ਬਾਕੀ ਸਾਰੀ ਫਸਲ ਖਤਮ ਹੀ ਸਮਝੋ ਤੁਸੀਂ। ਆਹ ਹੁਣ ਅਸੀਂ ਚਲਾਈ ਆ ਮਸ਼ੀਨ ਇੱਦਾਂ, ਇੱਕ ਗੇੜਾ ਲਾ ਕੇ ਨਹੀਂ ਐਸ ਐਮ ਐਸ ਚਲਾਓ, ਇਹਨੂੰ ਐਸ ਐਮ ਐਸ ਬਿਨਾਂ ਨਹੀਂ ਚੱਲਣਾ। ਹੁਣ ਐਸ ਐਮ ਐਸ ਚਲਾਇਆ, ਹੁਣ ਤਾਂ ਐਸ ਐਮ ਐਸ ਦਾ ਦਿਖਾਉਂਦੇ ਹਾਂ ਵੀ ਕਿਵੇਂ ਚੱਲ ਰਿਹਾ ਐਸ ਐਮ ਐਸ। ਅਤੇ ਤੁਹਾਨੂੰ ਪਹਿਲਾਂ ਜੀਰੀ ਦੀ ਇੰਟਰਵਿਊ ਦਿੰਦੇ ਹਾਂ। ਇਹਨਾਂ ਨੂੰ ਬਹੁਤ ਜ਼ਿਆਦਾ ਫਸਲ ਮਾਰੀ ਹੋਈ ਹੈ ਇਸੋਂ। ਆਹ ਦੇਖੋ ਜੀ, ਕਿਤੇ ਕਿਤੇ ਵੱਲ ਨੂੰ ਕੋਈ ਦਾਣਾ ਲੱਗਾ, ਨਹੀਂ ਤਾਂ ਤਕਰੀਬਨ ਉੱਦਾਂ ਹੀ ਆ। ਇਹਨਾਂ ਇੱਥੇ ਗਏ 6 ਕਿੱਲੇ ਅਤੇ 7 ਉੱਥੇ, 13 ਕਿੱਲੇ ਖਤਮ ਹੋ ਗਏ ਜੀ ਜੀਰੀ ਇਹਨਾਂ ਦੀ। 13 ਕਿੱਲਿਆਂ 'ਚੋਂ ਕੁਝ ਵੀ ਨਹੀਂ ਪੱਲੇ ਪੈਣਾ ਜੀ। ਦੇਖੋ ਜੇ ਕੋਈ 13 ਕਿੱਲਿਆਂ 'ਚ ਕੋਈ 20 ਕੁਇੰਟਲ ਨਿਕਲ ਜਾਣ ਤਾਂ ਜਦੋਂ ਮੈਨੂੰ ਤਾਂ ਲੱਗਦਾ 20 ਕੁਇੰਟਲ ਨਿਕਲਣਗੇ। ਇਹ ਜੀ ਸਾਡੇ ਬਹੁਤ ਪੁਰਾਣੇ ਗਾਹਕ ਨੇ, ਬਹੁਤ ਜ਼ਿਆਦਾ, ਤਕਰੀਬਨ 25 ਸਾਲ ਤੋਂ ਪਹਿਲਾਂ ਦੇ ਵੱਢਦੇ ਆ ਜੀ ਇਹਨਾਂ ਦੇ। 25 ਸਾਲ ਹੋ ਗਿਆ ਪਿੰਡ ਗੜੀ ਆ ਜੀ ਇਹਨਾਂ ਕੋਲ। 25-30 ਕਿੱਲੇ ਹੈਗੇ ਜੀ ਇੱਕੇ ਜਗ੍ਹਾ ਜੀ ਇਹਨਾਂ ਦੇ। ਪਹਿਲੇ ਨੰਬਰ 'ਚ ਇਹ ਪਾਰਟੀ ਆ, ਉਹ ਤਾਂ ਮੈਂ ਚੱਕਲਾਂ ਦਾ ਨਾਂ ਲਈ ਜਾਂਦਾ ਸੀ ਉਹਦੇ ਨਾਲ। ਪਹਿਲੇ ਨੰਬਰ 'ਚ ਇਹ ਪਾਰਟੀ ਆ ਜੀ ਇਹਨਾਂ ਕੋਲ, 25 ਕਿੱਲੇ ਆਪਣੇ ਘਰ ਦੇ ਕੋਲ ਕੋਲ ਆ। ਆਹ 6 ਕਿੱਲੇ ਹੈਗੇ ਆ ਉੱਥੋਂ 2 ਕਿਲੋਮੀਟਰ ਸਾਈਡ ਨੂੰ, ਨਦੀ ਵਾਲ ਦਰਿਆ ਵਾਲੀ ਸਾਈਡ ਨੂੰ। ਤੁਹਾਨੂੰ ਦਿਖਾਉਣੇ ਜੀ ਦਰਿਆ ਦੇ ਲਾ ਕੇ ਅਸੀਂ ਵੱਢਦੇ ਹਾਂ ਜੀ। ਆਹ ਜੀ ਦਰਿਆ ਇੱਧਰ ਸਾਰਾ, ਆਹ ਸਾਹਮਣੇ ਦਰਿਆ ਦਿਖਦਾ ਜੀ, ਆਹ ਨਾਲ ਨਾਲ ਦਰਿਆ ਹੀ ਆ ਜੀ ਇੱਧਰ ਨੂੰ, ਰੋਪੜ ਵਾਲਾ ਦਰਿਆ ਆ। ਅਤੇ ਗੋਰੇ ਨੇ ਬੈਠਾ ਬੋਰ 'ਤੇ, ਕੌਣ ਏ ਕੌਣ ਏ ਕੀ ਨਾਂ ਹੈ? ਕੁਗਣੀ ਕੁਗਣੀ ਨਾ ਬੁਗਣੀ ਕੇ ਕੁਗਣੀ ਬੁਗਣੀ ਏ ਕੁਗਣੀ ਨਾ ਸਮਸਨਾ ਚੱਲਦੀ ਹੈ ਮਸ਼ੀਨ, ਇੰਜਣ ਦਾ ਜ਼ਰੂਰ ਧੂੰਆਂ ਥੋੜ੍ਹਾ ਜਿਹਾ ਮਾਰਦਾ ਹੁੰਦਾ। ਬਾਕੀ ਡਰਾਈਵਰ ਮਸ਼ੀਨ ਪੂਰੀ ਚਲਾ ਰਿਹਾ ਜੀ ਤਰੀਕੇ ਨਾਲ। ਫਸਲ ਮਾਰੀ ਹੋ ਗਈ ਆ, ਜੇ ਆਪਣੇ ਹੋ ਜਾਂਦੀ ਤਾਂ ਆਪਣੇ ਕੀ ਬਣਨੇ, ਬੰਦੇ ਫਾਹ ਲੈ ਲੈਣ, ਕਈ ਬਹੁਤ ਬੰਦੇ ਲੈ ਲੈਣ, ਜਿੰਨਾ ਬਈ ਇਹਨਾਂ ਦਾ ਦਿਲ ਹੀ ਆ, ਜਿੰਨੀ ਨਾਲ ਫਸਲ ਇਹਨਾਂ ਜਿੰਨੀ ਨਾਲ ਫਸਲ ਮਾਰੀ ਹੋਈ ਆ ਨਾ। ਹਾਂ ਪੱਥਰ ਰੱਖ, ਇਸ ਵਾਰ ਨੁਕਸਾਨ ਹੋਇਆ ਫਸਲ,
ਜਿਹੜੀ 2 ਕਿੱਲਿਆਂ ਦੇ ਵਿੱਚੋਂ ਲੱਖ ਲੱਖ ਦੀ ਫਸਲ ਨਿਕਲਣੀ ਸੀ ਉਹ ਸਿਰਫ 5-10 ਹਜ਼ਾਰ ਦੀ ਨਿਕਲ ਰਹੀ ਆ। ਉਹਦੇ 'ਤੇ ਖਰਚਾ ਵੀ ਬਹੁਤ ਜ਼ਿਆਦਾ ਹੋ ਗਿਆ, ਬਹੁਤ ਖਰਚਾ ਕੀਤਾ ਨੇ ਇਹਨਾਂ ਜੀ, ਚੱਲ ਕੁਛ ਤਾਂ ਬਚ ਜੂਗੀ। ਉਹ ਹੀ ਨਹੀਂ, ਉਹ ਇਹਨਾਂ ਦੀ ਕਿਸਮਤ 'ਚ ਗਈ, ਕੋਈ ਨਹੀਂ ਬਚਾ ਹੋਇਆ ਜੀ। ਉੱਪਰ ਇੱਕ ਤਾਂ ਆਪਾਂ ਉੱਦਾਂ ਖਰਚਾ ਕਰੀਏ ਜੀਰੀ 'ਤੇ, ਉਹ ਤਾਂ ਜਿਹੜਾ ਹੋ ਗਿਆ ਹੋ ਗਿਆ, ਬਾਕੀ ਉਹਨਾਂ ਨੂੰ ਉਹ ਵੀ ਖਰਚਾ ਫਾਲਤੂ ਪੈ ਗਿਆ ਉੱਪਰ ਵਾਲਾ ਵੀ ਉਹ ਕਦੇ 3,000 ਦੀ ਦਵਾਈ ਆਹ ਕਰੋ ਉੱਪਰ, ਅਤੇ ਉਹ ਨਹੀਂ ਆਹ ਕਰੋ ਆ ਇੰਨੇ ਦੀ ਆ, ਜੇ ਯਾਰ ਉਹ ਹੋਰ ਫਾਲਤੂ ਖਰਚਾ ਹੋ ਗਿਆ ਵੀ 10-12 ਹਜ਼ਾਰ ਕਿੱਲੇ ਦਾ ਖਰਚਾ ਹੋ ਗਿਆ ਇਹਨਾਂ ਦਾ, ਜਿਹੜਾ ਦਵਾਈਆਂ ਸਪਰੇਵਾਂ ਦਾ ਹੀ, ਕਿਉਂਕਿ ਇਹਨੇ ਸਾਰੀ ਫਸਲ 'ਚ ਸਾਰੇ ਬੀਜ ਪੈ ਚੁੱਕੇ ਸੀ, ਸਾਰੀ ਹਰੇਕ ਤਰ੍ਹਾਂ ਦੀ ਦਵਾਈ ਖਾਦ ਡਾਇਆ ਜਿੰਕਾ ਜੁੰਕਾ ਵਗੈਰਾ ਸਭ ਕੁਛ ਪੈ ਚੁੱਕਾ ਸੀ ਇਹਨਾਂ ਫਸਲ ਜੀਰੀਆਂ 'ਚ। ਅਤੇ ਬਾਕੀ ਜਦੋਂ ਇਹਦੇ ਤੋਂ ਆਪਾਂ ਨੇ ਦਾਣੇ ਲੈਣੇ ਸੀ ਉਦੋਂ ਹੀ ਸਾਥ ਛੱਡ ਗਿਆ ਜੀ, ਅਤੇ ਹੁਣ ਇਹਨਾਂ ਨੂੰ ਪੁੱਛਦੇ ਹਾਂ ਬਾਈਆਂ ਨੂੰ ਜਾ ਵੀ ਦੱਸੋ ਵੀਡੀਓ 'ਚ ਬੋਲ ਕੇ ਵੀ ਕੀ ਕਾਰਨ ਕੀ ਆ, ਕਹਿੰਦਾ ਅਸੀਂ ਨਹੀਂ, ਅਸੀਂ ਹੁਣ ਤੁਹਾਨੂੰ ਕਿਹਾ ਦੇਖੋ ਜੀ ਇਸ ਵਸ ਵਿੱਚ ਕਿੰਨੇ ਦੂਰ ਸੱਟਣ ਡਿਆ। ਆਹ ਦੇਖੋ ਜੀ ਕੀ ਨਜ਼ਾਰੇ ਵਾਲੀ ਚੀਜ਼ ਆ, ਆਹ ਲੱਗਿਆ ਜੀ ਜਗਾੜ ਆ, ਇੱਧਰ ਉੱਧਰੋਂ ਪੈਪ ਆਉਂਦੀ ਇੰਜਨ ਵਾਲੀ ਪਾਣੀ ਇਹਦੇ ਵਿੱਚ ਡਿੱਗਦਾ ਜੀ, ਅਤੇ ਇਹ ਇਹ ਰਹਿੰਦਾ ਜੀ ਇੱਥੇ ਇੱਥੇ ਇਹਨੇ ਚੱਲੀ ਜਾਣਾ, ਜਿੰਨਾ ਚਿਰ ਤੇ ਭਰ ਰਿਹਾ ਉਹਨਾਂ ਚਿਰ ਕੋਈ ਜਦੋਂ ਪਾਣੀ ਛੱਡ ਜਾਵੇਗਾ ਜਾਂ ਪੱਖਾ ਪਾਣੀ ਛੱਡ ਜੂਗਾ ਜਾਂ ਉੱਦਾਂ ਕੋਈ ਪਟਾ ਉਤਰ ਜੂਗਾ ਇਹਦੇ 'ਚ ਪਾਣੀ ਘੱਟ ਜੂਗਾ ਜੀ ਉਦੋਂ ਹੀ, ਅਤੇ ਇਹ ਇੰਜਨ ਆਪਣੇ ਆਪ ਇੱਦਾਂ ਬੰਦ ਹੋ ਜੂਗਾ ਜੀ। ਇਹ ਉਹ ਦੇਖੋ ਉੱਧਰ ਵਜਨ ਬੰਨਿਆ, ਆਹ ਦੇਖੋ ਜੀ ਆਹ ਉੱਪਰ ਰੱਸੀ ਪਾਈ ਆ, ਅਤੇ ਆਪਣੇ ਆਪ ਇੰਜਨ ਬੰਦ ਹੋ ਜੂਗਾ ਜੀ। ਇਹ ਬਹੁਤ ਪੰਜਾਬੀਆਂ ਕੋਲ ਜੁਗਾੜ ਹੁੰਦੇ ਆ ਬਹੁਤ ਤਰ੍ਹਾਂ ਦੇ ਜੀ, ਅਤੇ ਮੰਡ ਏਰੀਏ 'ਚ ਇਹਨਾਂ ਨੇ ਚਲਾ ਕੇ ਘਰ ਨੂੰ ਜਾਣਾ ਹੋਵੇ ਤਾਂ ਜਾ ਸਕਦੇ ਆ, ਇੰਜਨ ਆਪਣੇ ਆਪ ਬੰਦ ਹੋਊਗਾ ਜੀ। ਕਿਸੇ ਨੇ ਗੱਲ ਸੱਚੀ ਕਹੀ ਆ, ਜੱਟ ਜਗਾੜੀ ਹੁੰਦੇ ਆ, ਇਹ ਆ ਬਈ ਜਗਾੜ, ਇਹ ਸਾਡੇ ਤਾਂ ਨਹੀਂ ਹੈਗਾ, ਕਿਸੇ ਕਿਸੇ ਏਰੀਏ 'ਚ ਲਾਉਂਦੇ ਆ ਇੱਦਾਂ, ਜਿੰਨਾ ਦੂਰ ਪੈਂਦਾ ਹੋਵੇ ਖੇਤ ਵੀ ਘਰ ਜਾਣਾ ਹੋਵੇ। ਹੁਣ ਕੀ ਦਰਿਆ ਕਿੰਨਾ ਵੇਖਣਾ, ਮੈਂ ਦਰਿਆ ਵੇਖਣਾ ਜੀ, ਦਰਿਆ ਕਦੇ ਨਹੀਂ ਵੇਖਾ ਆਪਣੀ ਜ਼ਿੰਦਗੀ 'ਚ, ਕਦੇ ਨਹੀਂ ਵੇਖਿਆ ਦਰਿਆ, ਆਪਣੇ ਚੰਗਾ ਚੰਗਾ ਦਰਿਆ ਨਹੀਂ ਹੈਗਾ। ਦੌਰਾ ਕਹਿੰਦਾ ਮੈਂ ਵੇਖਣਾ ਜਾ ਦਰਿਆ, ਦਰਿਆ ਦਿਖਾਉਣੇ ਜੀ ਇਹਨੂੰ, ਤੁਹਾਨੂੰ ਵੀ ਦਿਖਾ ਦਿੰਦੇ ਹਾਂ ਦਰਿਆ। ਇਹ ਜੀ ਇਹ ਰੋਪੜ ਤੋਂ ਜਾਂਦਾ ਜੀ ਇਹ ਸੈਨੀ ਵਾਲੇ ਨੂੰ, ਪਹਿਲਾਂ ਜਾਊਗਾ ਹਰੀਕੇ ਤੋਂ ਫਿਰ ਸੈਨੀ ਵਾਲੇ, ਇਹ ਮੇਨ ਦਰਿਆ ਜੀ ਬੜਾ, ਸਭ ਤੋਂ ਪਾਣੀ ਦਾ ਦਰਿਆ ਸੁੱਕਾ ਪਿਆ ਹੈ, ਪਾਣੀ ਚੱਲਦੀ ਜਾਂਦਾ ਬਾਬਾ। ਆਹ ਤੈਨੂੰ ਖੱਡਿਆ ਨਾ ਇਹ ਦੇਖ ਲੈਂਦਾ, ਨਹਾਉਣੇ ਹੋਣ ਦਰਿਆ 'ਚ, ਅਸੀਂ ਨਹਾਤੇ ਹੋਏ ਇਸ ਦਰਿਆ 'ਚ ਨਹਾਤੇ ਹੋਏ ਹਾਂ, ਅਗਾਂਹ ਕਿੱਦਾਂ ਜਿਹੜਾ ਸੂਰ ਹੁੰਦੇ ਨੇ, ਸੂਰ ਹੈਗੇ ਇੱਧਰ ਚੱਕ ਮਾਰ ਲੈਂਦੇ ਨੇ। ਆ ਜੀ ਦਰਿਆ ਸਤਲੁਜ ਦਰਿਆ ਰੋਪੜ ਵਾਲਾ ਜੀ, ਗੋਰਾਂ ਦਾ ਨੇੜੇ ਹੋ ਕੇ ਵੇਖੀਏ, ਦੂਰੋਂ ਨਹੀਂ ਦੇਖਦਾ, ਇੱਥੋਂ ਤੀਕਰ ਪਾਣੀ ਟਾਹ ਲੱਗੀ ਰਹੀ ਆ ਹੈ ਨਾ। ਇਹ ਪਾਣੀ ਕਿੱਧਰ ਨਿਕਲਿਆ ਜਾਂਦਾ, ਕਮਾਲ ਹੈ ਯਾਰ, ਉਹ ਪਾਣੀ ਕਿੱਧਰ ਨਿਕਲ ਜਾਂਦਾ, ਮਾੜਾ ਜਿਹਾ ਦੇਖੀਏ ਨਹੀਂ ਵੀ ਇੱਧਰ ਹੋਇਆ ਖੰਭ ਡਿੱਗਣ ਵਾਲੀ ਹੈ ਯਾਰ। ਇਹ ਬਾਈ ਆਹ ਪਾਣੀ ਇੱਧਰ ਚੱਲਿਆ, ਇਹ ਖੇਤਾਂ ਦਾ ਜਿਹੜਾ ਰੇਤਾ ਨੀਗਾ, ਰੇਤਾ ਖੇਤਾਂ ਦੇ ਥੱਲੇ ਉਹ ਪਾਣੀ ਹੈ, ਜਾਂ ਦੇਖੋ ਦਰਿਆ ਨੂੰ ਪੈ ਰਿਹਾ ਇੱਥੋਂ ਪਾਣੀ, ਦਰਿਆ 'ਚ ਪਾਣੀ ਸੁਣਿਆ ਵੀ ਦਰਿਆ ਵਿੱਚ ਪਾਣੀ ਬਾਹਰ ਨਾ ਆਵੇ, ਬਾਹਰੋਂ ਖੇਤਾਂ ਦਾ ਪਾਣੀ ਕਿੱਧਰ, ਹਾਂ ਉਹ ਦੇਖੋ ਜੀ ਆ ਜੀ ਸਤਲੁਜ ਪਾਣੀ ਕਿੰਨਾ ਵਗਦਾ, ਤਾਂ ਸਤਲੁਜ ਇੱਥੋਂ ਤਾਂ ਪਹਿਲੀ ਵੇਖਿਆ ਜ਼ਿੰਦਗੀ 'ਚ ਹੈ ਨਾ, ਅੱਗੇ ਦੇਖਦਾ ਰਹਿ, ਪਹਿਲੀ ਵਾਰ ਆਇਆ, ਪਹਿਲੀ ਵਾਰ ਆਇਆ ਜੀ ਇੱਥੇ। ਆ ਪਾਰ ਹੋ ਗਿਆ ਜੀ, ਇੱਦਾਂ ਤੁਹਾਨੂੰ ਸ਼ਹਿਰ ਦੱਸ ਦਿੰਦੇ ਕਿਹੜੇ ਕਿਹੜੇ ਆ ਜੀ, ਨਵਾਂ ਸ਼ਹਿਰ ਹੋ ਗਿਆ ਜੀ, ਅਤੇ ਬਲਾਚੌਰ ਹੋ ਗਿਆ, ਕਾਠਗੜ੍ਹ ਹੋ ਗਿਆ, ਫਗਵਾੜਾ ਹੋ ਗਿਆ, ਇੱਧਰ ਹੋ ਜਾ ਕਿਵੇਂ ਤੇਰਾ ਪਖਾੜਾ ਬਣ ਗਿਆ, ਡਿੱਗ ਚੱਲੇ ਹੜਿਆੜਾ।
भाई तो खाम डिगन लगे इतने खड़े रहा आ देख लो पानी है थले सारा ओही गल इधर नु रोपड़ा जी इधर रह कर ध्यान इधर नु इधर अपनी मशीन चलती है जो सामने आ गया सारा दरिया का एरिया दरिया ना पहलो बहुत वगद सारा इधर ही हूं तो परे चला गया ना पहलो सारा दरिया इधर ही आदि कितने आ छोटा है थोड़ा थां है थोड़ा पानी देख ला कि डूंगा इधर चलिए हम मशीन को होगी तेरी मन की इच्छा पूरी दरिया वेखने की मेनू कल तंग करे दरिया विखा दरिया विखा वेख ले दरिया तू तो मेनू भी दिखा होने डिग चले मैं माड़ा जासी बढ़ गए जी मंड च हूँ आ गए जी इन्हें दुए खेत इतने दिखाने थोड़े इतने 12-13 किले सके 14 किले ना और सामने चलती है मशीन इधर सामने है जी असम अस खलारे पाई तुर मसला मशीन चलन डी है गोरा ड्राइवर है जी उपर मह बना दी गोरे ने भी ड्राइवर बहुत गोरा पूरा कहता मैं चलानी है भाई मशीन मैनू ड्राइवर मैं हूँ घेरा घुरा मदन लग गया जी बंदा मशीन पूरी चला लग गया